ਸਾਧ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਆਪ ਨੂੰ ਬਹੁਤ ਹੀ ਭਰਪੂਰ ਹਿਰਦੇ ਦੇ ਨਾਲ ਵਧਾਈ ਦਿੰਦਾ ਕਿ ਆਪ ਜੀ ਨੇ 84 ਲੱਖ ਚੁਨੀਆਂ 'ਚ ਫਿਰਦਿਆਂ ਨੇ ਕਲਯੁਗ ਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ। ਜਿੰਨੀ ਦੇਰ ਤੱਕ ਇਸ ਤਰ੍ਹਾਂ ਵਿਧੀ ਪੂਰਵਕ ਗੁਰੂ ਨਹੀਂ ਸੀ ਧਾਰਨ ਕੀਤਾ ਜਾਂਦਾ, ਓਨੀ ਦੇਰ ਤੱਕ ਤੁਸੀਂ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਲੇਕਿਨ ਉਹਨਾਂ ਦੇ ਨਾਲ ਜੁੜੇ ਨਹੀਂ ਸੀ ਹੋਏ। ਸੋ ਅੱਜ ਜੋ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਤੌਰ 'ਤੇ ਅਲੋਪ ਹੋਣ ਤੋਂ ਬਾਅਦ ਪੰਥ ਵਾਸਤੇ ਮਰਿਆਦਾ ਕਾਇਮ ਕੀਤੀ ਸੀ ਕਿ ਮੇਰੀ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਂਭਣਾ, ਅਤੇ ਇਹ ਮੇਰਾ ਪੰਥ ਜੋ ਪੰਜ ਪਿਆਰੇ ਹੋਣਗੇ ਜਦੋਂ ਅਰਦਾਸ ਕਰਕੇ ਗੁਰੂ ਦੇ ਹਾਜ਼ਰ ਹੋਣਗੇ ਇਹਨਾਂ ਦੇ ਵਿੱਚ ਮੈਂ ਵਰਤਾਂਗਾ, ਇਹਨਾਂ ਦੇ ਰਾਹੀਂ ਮੈਂ ਜੋ ਨਾਮ ਅਕਾਲ ਪੁਰਖ ਦੀ ਦਰਗਾਹ ਤੋਂ ਆਇਆ ਉਹ ਮੈਂ ਦੇਵਾਂਗਾ। ਸੋ ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਧਿਆਨ ਨਾਲ ਸੁਣੋ ਭਾਈ, ਸਾਰੇ ਧਿਆਨ ਨਾਲ ਸੁਣੋ, ਇੱਧਰ ਉੱਧਰ ਨਾ ਕੋਈ ਦੇਖਿਓ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਉਸ ਦੇ ਨਾਲ ਆਪ ਜੀ ਦੇ ਜੋ ਪਿਛਲੇ ਸੰਸਕਾਰ ਸੀ, ਪਿਛਲੇ ਸੰਬੰਧ ਸੀ 84 ਨਾਲ, ਉਹ ਸਾਰੇ ਕੱਟ ਦਿੱਤੇ ਗਏ ਨੇ। ਜੋ ਧਰਮਰਾਜ ਦੇ ਅਰਬਾਂ ਖਰਬਾਂ ਸਾਲ ਦੀਆਂ ਫਾਈਲਾਂ ਆਪ ਦੀਆਂ ਰੱਖੀਆਂ ਹੋਈਆਂ ਸੀ ਉਹ ਸਾਰੀਆਂ ਉੱਥੇ ਬੰਦ ਕਰ ਦਿੱਤੀਆਂ ਗਈਆਂ। ਅੱਜ ਆਪ ਜੀ ਦਾ ਨਾਮ ਗੁਰੂ ਦਰਬਾਰ ਦੇ ਅੰਦਰ, ਗੁਰੂ ਦਸ਼ਮੇਸ਼ ਪਿਤਾ ਜੀ ਦਰਗਾਹ ਦੇ ਅੰਦਰ ਲਿਖਿਆ ਗਿਆ ਹੈ, ਤੇ ਬਿਲਕੁਲ ਇਸ ਗੱਲ ਦਾ ਫਿਕਰ ਨਾ ਕਰਨਾ, ਜੋ ਕੁਛ ਪਿੱਛੇ ਹੋ ਗਿਆ ਹੋ ਗਿਆ। ਸੁੱਤਾ ਪਿਆ ਆਦਮੀ ਬਹੁਤ ਸਾਰੇ ਭੈੜੇ ਸੁਪਨੇ ਲੈ ਲੈਂਦਾ, ਜਾਗਣ ਤੋਂ ਬਾਅਦ ਜੇ ਉਹਨਾਂ ਸੁਪਨਿਆਂ ਨੂੰ ਯਾਦ ਕਰਕੇ ਅਫਸੋਸ ਦੇ ਵਿੱਚ ਜਾਵੇ ਜਾਂ ਉਹਨਾਂ ਨੂੰ ਇਹ ਯਾਦ ਕਰੀ ਜਾਵੇ ਤਾਂ ਉਸ ਨੂੰ ਮੂਰਖ ਆਖਿਆ ਜਾਂਦਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਜਾਗ ਜਦੋਂ ਆ ਜਾਂਦੀ ਹੈ ਉਸ ਵੇਲੇ ਪਛਤਾਵਾ ਜ਼ਰੂਰ ਹੁੰਦਾ ਕਿ ਕਿਹੋ ਜਿਹੇ ਸੁਪਨੇ ਦੇਖੇ। ਆਪਾਂ ਅਰਬਾਂ ਖਰਬਾਂ ਸੁਪਨੇ ਦੇਖ ਚੁੱਕੇ ਹਾਂ, ਕਦੇ ਕੁੱਤਿਆਂ ਬਿੱਲਿਆਂ ਦੇ ਸਰੀਰ ਵਿੱਚ ਦੇਖੇ, ਕਦੇ ਗਧਿਆਂ ਦੇ ਸਰੀਰ, ਕਦੇ ਸੱਪਾਂ ਦੇ, ਕਦੇ ਉੱਡਣ ਵਾਲੇ ਪੰਛੀਆਂ ਦੇ, ਕਿਤੇ ਨਾਗਕੁਲੀ ਮੇ ਆਏ, ਕਿਤੇ ਪੰਖ ਉਡਾਏ। ਫਿਰ ਬਹੁਤ ਵਾਰੀ ਮਨੁੱਖ ਬਣੇ, ਬਹੁਤ ਵਾਰੀ ਤਿਲਕੇ, ਕਿਸੇ ਗੁਰੂ ਦਾ ਲੜ ਸਾਤੋਂ ਨਾ ਫੜਿਆ ਜਾ ਸਕਿਆ। ਸੰਸਾਰ 'ਚ ਗੁਰੂ ਹੁੰਦੇ ਆਏ ਜਦ ਤੋਂ ਸੰਸਾਰ ਰਚਿਆ, ਲੇਕਿਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਲਯੁਗ ਦਾ ਬਲ ਦੇਖ ਕੇ ਅਕਾਲ ਪੁਰਖ ਨੇ ਆਪ ਆਪਣਾ ਸਰੂਪ ਧਾਰਨ ਕੀਤਾ ਗੁਰੂ ਨਾਨਕ ਦੇ ਸਰੀਰ ਦੇ ਅੰਦਰ, ਤੇ ਆਪ ਸਾਰੇ ਜਗਤ ਦੇ ਸਤਿਗੁਰੂ ਹੋ ਕੇ ਗੁਰੂ ਨਾਨਕ 'ਚ ਪ੍ਰਗਟੇ। ਗੁਰੂ ਦਸ਼ਮੇਸ਼ ਪਿਤਾ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਆਪ ਨੇ ਫਰਮਾਇਆ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਮੇਰਾ ਗੁਰੂ ਅਕਾਲ ਪੁਰਖ ਹੈ, ਉਹ ਅਕਾਲ ਪੁਰਖ ਹੀ ਦਸਾਂ ਜੋਤੀਆਂ 'ਚ ਹੀ ਵਰਤਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਇਆ ਹੋਇਆ। ਇਹ ਗੱਲ ਯਾਦ ਰੱਖਣੀ, ਤੁਸੀਂ ਹਰ ਸਾਹ ਵਾਹਿਗੁਰੂ ਦੇ ਵਿੱਚ ਲੈ ਰਹੇ ਹੋ। ਵਾਹਿਗੁਰੂ ਕੋਈ ਦੇਖਣ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਉਹ ਰੂਪ ਰੰਗ ਰੇਖ ਦੇਖ ਤੋਂ ਨਿਆਰੀ ਹੈ। ਉਹਦਾ ਕੋਈ ਸ਼ਕਲ ਨਹੀਂ, ਉਹਦੀ ਕੋਈ ਚੱਕਰ ਨਹੀਂ, ਉਹਦਾ ਕੋਈ ਚਿਹਨ ਨਹੀਂ, ਲੇਕਿਨ ਉਹਦੀ ਕੁਆਲਿਟੀਜ਼ ਹੈ, ਉਹਦੇ ਗੁਣ ਹੈਗੇ। ਉਹਦੇ ਗੁਣਾਂ ਨੂੰ ਯਾਦ ਕਰੋ। ਪਹਿਲਾ ਗੁਣ ਉਹਦਾ ਹੈ ਤੇ ਉਹ ਇੱਕ ਹੈ, ਦੋ ਨਹੀਂ ਬਣਦਾ ਕਦੇ ਵੀ। ਇਹ ਜਿੰਨਾ ਸੰਸਾਰ ਤੁਹਾਨੂੰ ਨਜ਼ਰ ਆਉਂਦਾ ਹੈ ਉਹ ਸਭ ਆਪੇ ਹੀ ਹੈ। ਦੂਸਰਾ ਉਹ ਸੱਤ ਹੈ, ਕਦੇ ਅਲੋਪ ਨਹੀਂ ਹੁੰਦਾ। ਤੀਸਰਾ ਉਹ ਨਾਮ ਹੈ, ਨਾਮ ਉਹ ਸ਼ਕਤੀ ਹੈ ਜਿਸਨੇ ਸੰਸਾਰ ਨੂੰ ਬਣਾਇਆ। ਚੌਥਾ ਉਹ ਕਰਤਾ ਹੈ, ਜਿਸ ਤਰ੍ਹਾਂ ਆਪਾਂ ਕਰਤੇ ਬਣਦੇ ਹਾਂ, ਕੋਈ ਚੀਜ਼ ਬਣਾਉਂਦੇ ਹਾਂ, ਇਸ ਤਰ੍ਹਾਂ ਦੇ ਨਾਲ ਉਹ ਕਰਤਾ ਆਪ ਹੀ ਹੈ।
ਆਪੇ ਹੀ ਮਾਰਨ ਵਾਲਾ, ਆਪੇ ਹੀ ਪੈਦਾ ਕਰਨ ਵਾਲਾ, ਆਪੇ ਹੀ ਪਾਲਣਾ ਕਰਨ ਵਾਲਾ। ਉੱਥੇ ਤਿੰਨ ਦੇਵਤੇ ਹੀ ਹੈਗੇ। ਓਂਕਾਰ ਸਤ ਨਾਮ ਕਰਤਾ ਫਿਰ ਪੁਰਖ ਹੈ। ਪੁਰਖ ਉਸ ਨੂੰ ਕਹਿੰਦੇ ਨੇ ਜਿਹੜਾ ਕੋਈ ਵੀ ਥਾਂ ਐਸੀ ਨਾ ਹੋਵੇ, ਕੋਈ ਦੁਨੀਆਂ ਦੇ ਵਿੱਚ ਕੋਈ ਸਿਆਣਾ ਇਹ ਨਾ ਦੱਸ ਸਕੇ ਵੀ ਇੱਥੇ ਵੈਗਰੂ ਨਹੀਂ ਹੈ। ਪੁਰਖ ਉਹ ਸਮਾਈ ਹੋਈ ਹਸਤੀ ਤੇ ਸ਼ਕਤੀ ਹੈ ਜਿਹੜੀ ਹਰੇਕ ਦੇ ਅੰਦਰ ਆਲੇ ਦੁਆਲੇ ਚਾਰੇ ਪਾਸੇ ਫੈਲੀ ਹੋਈ ਹੈ। ਲੇਕਿਨ ਆਦਮੀ ਦਾ ਮਨ ਉਹਦੇ ਨਾਲੋਂ ਟੁੱਟਣ ਕਰਕੇ ਇਸ ਨੂੰ ਭੁਲੇਖਾ ਪੈ ਗਿਆ ਵਾਹਿਗੁਰੂ ਕਿੱਥੇ ਹੈ। ਵਾਹਿਗੁਰੂ ਤਾਂ ਇਹਦੇ ਨਾਲ ਹੈ ਹਰ ਵਕਤ, ਨਿਰਭਉ ਹੈ, ਉਸ ਨੂੰ ਕਿਸੇ ਦਾ ਡਰ ਨਹੀਂ। ਜਦੋਂ ਅਸੀਂ ਉਹਦੇ ਨਾਲ ਮਨ ਲਾਵਾਂਗੇ ਸਾਨੂੰ ਵੀ ਕਿਸੇ ਦਾ ਡਰ ਨਹੀਂ ਰਹਿਣਾ। ਨਿਰਵੈਰ ਹੈ, ਉਹ ਕਿਸੇ ਨਾਲ ਵੀ ਵੈਰ ਭਾਵਨਾ ਨਹੀਂ ਰੱਖਦਾ। ਸਾਰੀ ਸ੍ਰਿਸ਼ਟੀ ਉਹਦੀ ਆਪਣੀ ਰਚੀ ਹੋਈ, ਆਪਣਾ ਆਪ ਹੈ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਸੋ ਇਸ ਵਾਸਤੇ ਵੈਰ ਕਿਸ ਨਾਲ? ਵੈਰ ਤਾਂ ਹੋਵੇ ਜੇ ਦੂਸਰਾ ਹੋਵੇ, ਕੋਈ ਸ਼ਰੀਕ ਹੋਵੇ। ਅਜੂਨੀ ਹੈ, ਉਹ ਕਦੇ ਜੂਨੀਆ ਚ ਨਹੀਂ ਆਉਂਦਾ। ਸਹਿਪੰਗ, ਉਸ ਨੂੰ ਕੋਈ ਗਿਆਨ ਨਹੀਂ ਦਿੰਦਾ, ਉਹ ਆਪਣੇ ਆਪ ਹੀ ਗਿਆਨ ਸਰੂਪ ਹੈ। ਲੇਕਿਨ ਸ਼ਰਤ ਪਿੱਛੇ ਇਹ ਹੈ ਕਿ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਬਗੈਰ ਨਹੀਂ ਮਿਲ ਸਕਦਾ। ਜਦ ਤੱਕ ਆਦਮੀ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਦੇ ਰਾਹੀਂ ਨਾਮ ਦੀ ਦਾਤ ਪ੍ਰਾਪਤ ਨਹੀਂ ਕਰਦਾ, ਓਨੀ ਦੇਰ ਤੱਕ ਉਹ ਮਿਲਿਆ ਨਹੀਂ ਕਰਦਾ। ਜਿਸ ਤਰ੍ਹਾਂ ਆਪਾਂ ਬਹੁਤ ਦਿਨਾਂ ਤੋਂ ਵਿਚਾਰ ਕਰਦੇ ਆਏ ਹਾਂ ਕਿ ਨਾਮ ਹਰੇਕ ਬੰਦੇ ਦੇ ਅੰਦਰ ਹੈ। ਨੌ ਨਿਰ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਲੇਕਿਨ ਨਾਮ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਤੱਕ ਗੁਰੂ ਮੰਤਰ ਨਾ ਦੇਵੇ। ਸੋ ਇਹਦੇ ਨਾਲ ਹੌਲੀ ਹੌਲੀ ਪੌੜੀ ਪੌੜੀ ਚੜ੍ਹਦੇ ਜਾਈਦਾ। ਜੇ ਇਹ ਕਹਿ ਦਿੱਤਾ ਜਾਵੇ ਵੀ ਆਹ ਸਾਰੇ ਵਾਹਿਗੁਰੂ ਹੈ, ਇਹ ਨਾ ਤੁਸੀਂ ਮੰਨ ਸਕਦੇ ਹੋ, ਨਾ ਤੁਹਾਡੇ ਵਿੱਚ ਤਾਕਤ ਹੈ ਇਸ ਚੀਜ਼ ਨੂੰ ਮੰਨਣ ਦੀ। ਇਹਦੀ ਤਾਕਤ ਜਦ ਬਣਨੀ ਹੈ? ਜਿਸ ਵਕਤ ਮਾਇਆ ਤੋਂ ਮਨ ਨੇ ਨਿਰਲੇਪ ਹੋ ਜਾਣਾ, ਸਿਮਰਨ ਦੀ ਸ਼ਕਤੀ ਤੁਹਾਡੇ ਵਿੱਚ ਆ ਜਾਣੀ ਹੈ, ਉਸ ਵੇਲੇ ਹੌਲੀ ਹੌਲੀ ਮੰਨੀਦਾ। ਪਹਿਲਾਂ ਸਮਾਧੀ 'ਚ ਮੰਨੀਦਾ, ਫਿਰ ਥੋੜ੍ਹੀ ਜਿਹੀ ਦੇਰ ਤੱਕ, ਫਿਰ ਇੱਥੇ ਤੱਕ ਵੱਧਦਾ ਵੱਧਦਾ ਆ ਜਾਂਦਾ। ਇਹ ਸਾਰੀ ਸ੍ਰਿਸ਼ਟੀ ਆਪਣਾ ਹੀ ਸਰੂਪ ਨਜ਼ਰ ਆਉਂਦੀ ਹੈ। ਕੋਈ ਸੱਪ ਨਹੀਂ ਰਹਿੰਦਾ, ਕੋਈ ਸ਼ੇਰ ਨਹੀਂ ਰਹਿੰਦਾ, ਸਭ ਆਪਣਾ ਆਪ ਹੀ ਨਜ਼ਰ ਆਉਂਦਾ। ਦੂਸਰਾ ਖਤਮ ਹੀ ਹੋ ਜਾਂਦਾ। ਇਹ ਹੁੰਦਾ ਤਾਂ ਹੈ ਜੇ ਅਕਾਲ ਪੁਰਖ ਦੇ ਰਾਹੀਂ ਨਾਮ ਦੀ ਦਾਤ ਗੁਰੂ ਤੋਂ ਪ੍ਰਾਪਤ ਕੀਤੀ ਜਾਵੇ। ਸੋ ਉਹ ਆਦ ਸੱਚ ਹੈ, ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ। ਜਦੋਂ ਟਾਈਮ ਸ਼ੁਰੂ ਹੋਇਆ, ਕਾਲ ਸ਼ੁਰੂ ਹੋਇਆ, ਗਿਣਤੀਆਂ ਮਿਣਤੀਆਂ ਯੁੱਗ ਸ਼ੁਰੂ ਹੋਏ, ਉਸ ਵੇਲੇ ਵੀ ਉਹ ਸੱਚ ਹੈ। ਐਪੀ ਸੱਚ, ਇਸ ਵੇਲੇ ਵੀ ਉਹ ਸੱਚ ਹੈ। ਉਸੀ ਵੀ ਸੱਚ, ਇਨ ਫਿਊਚਰ, ਆਉਣ ਵਾਲੇ ਸਮੇਂ ਚ ਵੀ ਉਹਦਾ ਕਦੇ ਅਭਾਵ ਨਹੀਂ ਹੋਣਾ। ਸੋ ਇਹ ਵਾਹਿਗੁਰੂ ਦਾ ਸਰੂਪ ਤੁਹਾਨੂੰ ਪੰਜ ਪਿਆਰਿਆਂ ਨੇ ਦਿੱਤਾ ਹੈ। ਸਾਰਿਆਂ ਨੇ ਇਕੱਠੇ ਹੋ ਕੇ ਪੜ੍ਹਿਆ, ਤੁਸੀਂ ਸਮਝਿਆ। ਸੋ ਸਮਝ ਕੇ ਵਾਹਿਗੁਰੂ ਦਾ ਇਹ ਰੱਖਣਾ ਵੀ ਆਹ ਕੁਆਲਿਟੀਜ਼ ਹੈਗੀਆਂ, ਉਹਦਾ ਰੂਪ ਰੰਗ ਦੇਖ ਕੇ ਕੋਈ ਨੀ, ਉਹ ਇੱਕ ਐਸੀ ਸ਼ਕਤੀ ਹੈ ਸੂਖਸ਼ਮ ਜਿਹੜੀ ਸਾਰੇ ਸਮਾਈ ਹੋਈ ਹੈ। ਸੋ ਉਹਨੂੰ ਪ੍ਰਗਟ ਕਰਨ ਵਾਸਤੇ ਤੁਹਾਨੂੰ ਗੁਰਮੰਤਰ ਦਿੱਤਾ। ਯਾਦ ਹੈ ਭਾਈ ਕੀ ਗੁਰਮੰਤਰ ਦਿੱਤਾ? ਦੱਸੋ ਭਾਈ, ਵਾਹਿਗੁਰੂ ਦਿੱਤਾ ਨਾ। ਕੀ ਕਰੋ, ਜਰਾ ਖਰਾਬੇ ਹੋ ਜਾਇਆ ਕਰਦਾ। ਚੱਲ ਵਾਹਿਗੁਰੂ ਮੰਤਰ ਆਪ ਨੂੰ ਦਿੱਤਾ, ਹੁਣ ਧਿਆਨ ਰੱਖਿਓ। ਤੁਸੀਂ ਫਿਰ ਅੰਮ੍ਰਿਤ ਛਕ ਲਿਆ, ਇਹਦੇ ਨਾਲ ਤੁਹਾਨੂੰ ਕਈ ਥਾਈ ਐਸੇ ਭੁਲੇਖੇ ਪੈਣੇ ਨੇ ਕਿ ਅਸੀਂ ਫਲਾਣੇ ਤੋਂ ਜਾ ਕੇ ਤਰੀਕਾ ਪੁੱਛੀਏ ਵੀ ਵਾਹਿਗੁਰੂ ਦਾ ਮੰਤਰ ਕਿਵੇਂ ਜਪੀਦਾ। ਇਹ ਪੰਜ ਪਿਆਰਿਆਂ ਦੀ ਡਿਊਟੀ ਹੁੰਦੀ ਹੈ ਕਿ ਵਾਹਿਗੁਰੂ ਦੇ ਮੰਤਰ ਦਾ ਜਾਪ ਫਿਰ ਕਰਾ ਦੇਣ, ਕਿਉਂਕਿ ਅੰਮ੍ਰਿਤ ਛਕਿਆ ਹੀ ਤਾਂ ਜਾਂਦਾ ਕਿ ਗੁਰਮੰਤਰ ਦੀ ਦਾਤ ਪ੍ਰਾਪਤ ਹੋਵੇ। ਅੰਮ੍ਰਿਤ ਇਸ ਵਾਸਤੇ ਨਹੀਂ ਛਕਿਆ ਜਾਂਦਾ ਵੀ ਅਸੀਂ ਕੋਈ ਖਾਸ ਸ਼ਕਲ ਸੂਰਤ ਧਾਰਨ ਕਰੀਏ। ਅੰਮ੍ਰਿਤ ਇੱਕ ਬੁਨਿਆਦ ਹੈ ਨਾਮ ਜਪਣ ਵਾਸਤੇ। ਧਿਆਨ ਨਾਲ ਸੁਣੋ ਭਾਈ, ਬੋਲੇ ਨਾ, ਜੋ ਤੁਸੀਂ ਅੰਮ੍ਰਿਤ ਛਕਿਆ ਇਹ ਨਾਮ ਜਪਣ ਵਾਸਤੇ ਛਕਿਆ। ਤੁਹਾਨੂੰ ਨਾਮ ਮਿਲ ਗਿਆ, ਤੁਸੀਂ ਸਾਰਿਆਂ ਨੇ ਦੱਸਤਾ ਕਿ ਸਾਨੂੰ ਵਾਹਿਗੁਰੂ ਨਾਮ ਮਿਲਿਆ। ਹੁਣ ਤੋਂ ਪਹਿਲਾਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਲੇਕਿਨ ਇਸ ਵਾਹਿਗੁਰੂ ਵਾਹਿਗੁਰੂ ਕਰਨ ਦਾ ਫਲ ਨਹੀਂ ਸੀਗਾ ਕੋਈ ਵੀ, ਕਿਉਂਕਿ ਨੁਗਰਾ ਜੋ ਪੁਰਸ਼ ਹੈ ਉਹ ਜਿੰਨਾ ਜੀ ਕਰਦਾ ਭਗਤੀ ਕਰੀ ਜਾਵੇ, ਉਹਦਾ ਕੋਈ ਫਲ ਨਹੀਂ ਹੋਇਆ ਕਰਦਾ, ਕਿਉਂਕਿ ਉਹਦੇ ਪਿੱਛੇ ਸ਼ਕਤੀ ਨਹੀਂ ਹੈ। ਹੁਣ ਤੋਂ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ। ਸੋ ਤੁਸੀਂ ਇਸ ਵਾਹਿਗੁਰੂ ਮੰਤਰ ਨੂੰ ਜਪਣਾ, ਇਸ ਦਾ ਜਾਪ ਕਰਨਾ,
ਭੁੱਲਣਾ ਨਹੀਂ ਹੈ ਬਿਲਕੁਲ ਕਿਉਂਕਿ ਜ਼ਿੰਦਗੀ ਦਾ ਮਨੋਰਥ ਇਹੀ ਹੈ ਨਾਮ ਜਪਣਾ ਬਾਕੀ ਤੁਹਾਡੀ ਪਰਾਲਾਵਤ ਮੱਥੇ ਵਿੱਚ ਪਰਮੇਸ਼ਰ ਨੇ ਲਿਖ ਕੇ ਭੇਜੀ ਹੈ ਐਸੇ ਸੰਯੋਗ ਬਣ ਜਾਂਦੇ ਨੇ ਐਸੇ ਕਾਰਨ ਬਣ ਜਾਂਦੇ ਨੇ ਕਿ ਉਹਦੀ ਪਰਾਲਾਵਤ ਅਵਸ਼ ਉਸ ਨੂੰ ਮਿਲਦੀ ਹੈ ਰੋਟੀ ਦੀ ਚਿੰਤਾ ਕਦੇ ਨਹੀਂ ਕਰਨੀ ਰੋਟੀ ਦੀ ਚਿੰਤਾ ਸਾਡੇ ਮਾਲਕ ਨੂੰ ਹੈ ਜਿਹਨੇ ਸਾਨੂੰ ਸਾਜਿਆ ਚਿੰਤਾ ਜੇ ਕਰਨੀ ਹੈ ਤਾਂ ਨਾਮ ਦਾ ਧਨ ਇਕੱਠਾ ਕਰਨ ਦੀ ਕਰਨੀ ਹੈ ਸੋ ਨਾਮ ਦਾ ਤਰੀਕੇ ਮੈਂ ਦੱਸਦਾ ਧਿਆਨ ਦੇ ਨਾਲ ਸੁਣ ਲੈਣਾ ਤਾਂ ਕਿ ਫਿਰ ਤੁਹਾਨੂੰ ਐਸਾ ਭੁਲੇਖਾ ਨਾ ਲੱਗ ਜਾਵੇ ਫਿਰ ਤੁਸੀਂ ਜਾਓ ਵੀ ਮੈਂ ਇੱਥੋਂ ਨਾਮ ਲਈਏ ਉੱਥੋਂ ਨਾਮ ਲਈਏ ਨਾਮ ਕਿੱਥੋਂ ਨਹੀਂ ਮਿਲਦਾ ਨਾਮ ਪੰਜ ਪਿਆਰਿਆਂ ਤੋਂ ਮਿਲਿਆ ਕਰਦਾ ਫਿਰ ਗੁਰੂ ਦਸ਼ਮੇਸ਼ ਪਿਤਾ ਨੇ ਟਰਸਟੀਸ਼ਿਪ ਜਿਹੜੀ ਹੈ ਨਾਮ ਦੀ ਉਹ ਪੰਜਾਂ ਸਿੰਘਾਂ ਦੇ ਹਵਾਲੇ ਕਰਤੀ ਗੁਰੂ ਗ੍ਰੰਥ ਸਾਹਿਬ ਦੇ ਰੱਖ ਜਦ ਤੱਕ ਪੰਜ ਨਹੀਂ ਇਸ ਤਰ੍ਹਾਂ ਖੜੇ ਹੋਣਗੇ ਜਿਵੇਂ ਹੁਣ ਖੜੇ ਨੇ ਓਨੀ ਦੇਰ ਤੱਕ ਨਾਮ ਨਹੀਂ ਮਿਲਿਆ ਕਰਦਾ ਸਾਰੇ ਇਕੱਲਾ ਵੀ ਕਹਿੰਦਾ ਵੀ ਤੁਸੀਂ ਵਾਹਿਗੁਰੂ ਜਪੋ ਲੇਕਿਨ ਉਹਦਾ ਸ਼ਕਤੀ ਨਹੀਂ ਹੋਇਆ ਕਰਦੀ ਸੋ ਅੱਜ ਤੋਂ ਬਾਅਦ ਤੁਸੀਂ ਗੁਰੂ ਵਾਲੇ ਹੋ ਕੇ ਨਾਮ ਜਪਣੇ ਉਹਦੇ ਪਹਿਲਾ ਤਰੀਕਾ ਇਹ ਹੁੰਦਾ ਕਿ ਮਾਲਾ ਲੈ ਲਓ ਪਹਿਲੀ ਜਮਾਤ ਦੇ ਸਟੂਡੈਂਟ ਦੀ ਮੈਂ ਗੱਲ ਕਰਦਾ ਉਹ ਇਹ ਹੁੰਦੀ ਹੈ ਕਿ ਮਾਲਾ ਲੈ ਲਓ ਹਰ ਮਣਕੇ ਦੇ ਨਾਲ ਇਸ ਤਰ੍ਹਾਂ ਵਾਹਿਗੁਰੂ 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 ਚਾਹੇ ਤੇਜ਼ੀ ਨਾਲ ਕਹੋ ਚਾਹੇ ਹੌਲੀ ਕਹੋ ਇਹ 2.5 ਘੰਟੇ ਜ਼ਰੂਰ ਨਾਮ ਜਪਣਾ ਚਾਹੀਦਾ ਘੱਟ ਤੋਂ ਘੱਟ ਬਾਕੀ ਜਿੰਨਾ ਵੱਧ ਤੋਂ ਵੱਧ ਜਪ ਲਓ ਫਿਰ ਸਾਨੂੰ ਇਹ ਸਵਾਲ ਹੁੰਦਾ ਵੀ ਅਸੀਂ ਕੰਮਾਂ ਕਾਰਾਂ ਵਾਲੇ ਬੰਦੇ ਹਾਂ ਅਸੀਂ 2.5 ਘੰਟੇ ਕਿਵੇਂ ਨਾਮ ਜਪਾਂਗੇ ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਉਹਦਾ ਤਰੀਕਾ ਇਹ ਹੈ ਕਿ ਤੁਸੀਂ ਕੋਈ ਸਮਾਂ ਮਿਥ ਲਓ ਵੀ ਇੰਨਾ ਚਿਰ ਤਾਂ ਜ਼ਰੂਰ ਜਪਣਾ ਕੁਛ ਹੋ ਜਾਏ ਜੋ ਵੀ ਹੋਣਾ ਨੇਮ ਮੰਨ ਲਓ ਉਹ ਤੁਸੀਂ ਵਾਹਿਗੁਰੂ 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 ਮਾਲਾ ਦੇ ਨਾਲ ਜਪੀ ਜਾਣਾ ਬਾਕੀ ਜਿਹੜਾ ਹੈ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਹੋ ਬਾਹਰ ਕਿਤੇ ਕੰਮ ਜਾਂਦੇ ਹੋ ਸਾਈਕਲ ਚਲਾ ਰਹੇ ਹੋ ਸੱਜੇ ਪੈਰ ਨਾਲ ਸਤਨਾਮ ਕਹੋ ਖੱਬੇ ਨਾਲ ਵਾਹਿਗੁਰੂ ਕਹੋ ਹਲ ਚਲਾ ਰਿਹਾ ਆਦਮੀ ਸੱਜੇ ਨਾਲ ਸਤਨਾਮ ਕਹੋ ਖੱਬੇ ਨਾਲ ਵਾਹਿਗੁਰੂ ਕਹੋ ਪੈਦਲ ਤੁਰਿਆ ਜਾ ਰਿਹਾ ਹੈ ਸੱਜੇ ਨਾਮ ਸਤਨਾਮ ਦੂਜੇ ਨਾਮ ਵਾਹਿਗੁਰੂ ਗੈਰ ਹਾਜ਼ਰ ਨਹੀਂ ਹੋਣਾ ਨਾਮ ਜਪਦਾ ਹੀ ਰਹਿਣਾ ਸਮਾਂ ਵਾਹਿਗੁਰੂ ਨੇ ਬਹੁਤ ਦਿੱਤਾ ਇਸ ਤਰ੍ਹਾਂ ਦੇ ਨਾਲ ਇਹ ਸਹਿ ਸੁਭਾਅ ਹੀ ਤੁਸੀਂ ਸਾਰਾ ਦਿਨ ਨਾਮ ਜਪਦੇ ਰਹੋਗੇ ਇਸ ਤੋਂ ਅਗਲੀ ਜੋ ਜਮਾਤ ਹੈ ਜਿਸ ਨੂੰ ਪੰਜਵੀਂ ਜਮਾਤ ਕਹਿੰਦੇ ਨੇ ਨਾਮ ਦੀ ਉਹ ਹੁੰਦਾ ਹੈ ਮਾਲਾ ਨਹੀਂ ਫੇਰੀ ਜਾਂਦੀ ਚੌਂਕੜਾ ਮਾਰ ਕੇ ਸਿੱਧੇ ਬੈਠ ਜਾਈਦਾ ਉਸ ਤੋਂ ਬਾਅਦ ਰਸਨਾ ਦੇ ਨਾਲ ਨਾਮ ਜਪੀਦਾ ਲੇਕਿਨ ਬਹੁਤ ਹਲਕੀ ਆਵਾਜ਼ ਦੇ ਅੰਦਰ ਜਿਹਨੂੰ ਮਧਮਾ ਬਾਣੀ ਕਹਿੰਦੇ ਨੇ ਮਧਮਾ ਬਾਣੀ ਨਾਲ ਜਦੋਂ ਤੁਸੀਂ ਰਸਨਾ ਨਾਲ ਨਾਮ ਜਪੋਗੇ ਤਾਂ ਇਹਦਾ ਅਸਰ ਇਹ ਹੋਇਆ ਕਰਦਾ ਕਿ ਰਸਨਾ ਦੇ ਉੱਤੇ ਰਸ ਆ ਜਾਇਆ ਕਰਦਾ ਰਸ ਆ ਕੇ ਥੋੜੀ ਦੇਰ ਦੇ ਬਾਅਦ ਇਹ ਖੁਮਾਰੀ ਆਉਣ ਲੱਗ ਜਾਂਦੀ ਹੈ ਫਿਰ ਜਦੋਂ ਇੱਥੇ ਨਾਮ ਆ ਜਾਵੇ ਫਿਰ ਆਦਮੀ ਨੂੰ ਐਂ ਲੱਗਦਾ ਵੀ ਮੈਂ ਅੱਜ ਨਾਮ ਨਹੀਂ ਜਪਿਆ ਮੈਨੂੰ ਕੋਈ ਨਸ਼ਾ ਜਿਹਾ ਨਿਕਲਿਆ ਇੱਕ ਵਾਰੀ ਜਪਿਆ ਹੋਇਆ 2.5 ਘੰਟੇ 24 ਘੰਟੇ ਦੀ ਚਾਬੀ ਮਿਲ ਜਾਇਆ ਕਰਦੀ ਇਸ ਤੋਂ ਬਾਅਦ ਹੁੰਦਾ ਮਿਡਲ ਦਾ ਨਾਮ ਜਿਹਨੂੰ 8ਵੀਂ ਜਮਾਤ ਕਹਿੰਦੇ ਨੇ ਇਹ ਹੁੰਦਾ ਕਿ ਸਵਾਸ ਨਾਲ ਨਾਮ ਜਪੀਦਾ ਉਹਦਾ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਸਾਰੇ ਚੌਂਕੜੀ ਮਾਰ ਕੇ ਬੈਠ ਜਾਓ ਜਿੰਨੇ ਵੀ ਪ੍ਰੇਮੀ ਬੈਠੇ ਸਭ ਬੈਠੋ ਚੌਂਕੜੀ ਮਾਰ ਲਓ ਤੇ ਦੋਵੇਂ ਬਾਹਾਂ ਆਪਣੇ ਗੋਡਿਆਂ ਤੇ ਰੱਖ ਲਓ ਸਿੱਧੇ ਹੋ ਜਾਓ ਬਿਲਕੁਲ ਰੀੜ ਦੀ ਹੱਡੀ ਸਿੱਧੀ ਕਰਕੇ ਸਾਰੇ ਚੌਂਕੜੀ ਮਾਰ ਲਓ ਭਾਈ ਇਸ ਤਰ੍ਹਾਂ ਬਾਹਾਂ ਆਪਣੇ ਗੋਡਿਆਂ ਤੇ ਕਰ ਲਓ ਹੱਥ ਨਾ ਜੋੜੋ ਸਿੱਧੇ ਰੱਖੋ ਇਸ ਤਰ੍ਹਾਂ ਸਿੱਧੇ ਸਿੱਧੀ ਰੀੜ ਦੀ ਹੱਡੀ ਕਰ ਲਓ ਗਰਦਨ ਦੀ ਆਹਾ ਤੇ ਆਹਾ ਇਹ ਇੱਕ ਲਾਈਨ ਚ ਹੋ ਜਾਵੇ ਹੁਣ ਤੁਸੀਂ ਸਵਾਸ ਖਿੱਚੋ ਅੰਦਰ ਨੂੰ ਖਿੱਚੋ ਸਵਾਸ ਹੁਣ ਛੱਡ ਦਿਓ ਫਿਰ ਖਿੱਚੋ ਅੰਦਰ ਨੂੰ ਫਿਰ ਛੱਡ ਦਿਓ ਹੁਣ ਜਦੋਂ ਤੁਸੀਂ ਅੰਦਰ ਨੂੰ ਸਵਾਸ ਲਜਾਓਗੇ ਇਹਦੇ ਨਾਲ ਤੁਸੀਂ ਕਹੋ ਸਤਨਾਮ ਬਾਹਰ ਨੂੰ ਆਓ ਵਾਹਿਗੁਰੂ ਰਾਰਾ ਜਿਹੜਾ ਕਹਿਣਾ ਹੈ ਗੁਰੂ ਦਾ ਉਹ ਇਹ ਜ਼ਬਾਨ ਦੇ ਨਾਲ ਲਾ ਕੇ ਕਹਿਣਾ ਇਹਦੇ ਨਾਲ ਜਦੋਂ ਰਾਰਾ ਲੱਗੇਗਾ ਇਹਦੇ ਚ ਰਸ ਆਏਗਾ ਜ਼ਬਾਨ ਦੇ ਅੰਦਰ ਫਿਰ ਕਹੋ ਸਤ ਮੈਂ ਬੋਲੂੰਗਾ ਸਤਨਾਮ ਤੁਸੀਂ ਸਾਹ ਅੰਦਰ ਨੂੰ ਖਿੱਚ ਲਿਓ ਜਦੋਂ ਮੈਂ ਵਾਹਿਗੁਰੂ ਕਹੂੰਗਾ ਉਸ ਵੇਲੇ ਬਾਹਰ ਨੂੰ ਛੱਡ ਦਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ।
ਸਤਨਾਮ ਵਾਹਿਗੁਰੂ। ਨੇਤਰ ਬੰਦ ਕਰ ਲਓ ਸਾਰੇ, ਅੱਖਾਂ ਨਹੀਂ ਚਲੋ ਭਾਈ ਸਾਰੇ, ਕਰੋ ਹੁਣ ਥੋੜ੍ਹੀ ਦੇਰ, ਇੱਕ ਜਣਾ ਬੋਲੀ ਜਾਓ ਭਾਈ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਹੋ ਆਪੇ ਹੀ ਹੁਣ, ਆਪਣੇ ਆਪ ਜਪੋ ਪੰਜ ਦੋ ਤਿੰਨ ਮਿੰਟ ਬਾਅਦ, ਬੋਲਣਾ ਨਹੀਂ ਹੈ, ਸੁਰਤੀ ਨਾਲ ਹੀ ਜਪੋ। ਅੰਦਰ ਨੂੰ ਸਾਹ ਜਾਂਦਾ ਹੈ ਸਤਨਾਮ ਕਹੋ, ਬਾਹਰ ਨੂੰ ਆਉਂਦਾ ਵਾਹਿਗੁਰੂ ਕਹੋ। ਜਿਹੜੀ ਆਵਾਜ਼ ਮੈਂ ਬੋਲੀ ਹੈ ਇਹਨੂੰ ਸੁਣਨ ਦੀ ਕੋਸ਼ਿਸ਼ ਕਰੋ ਆਪ ਹੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਵਾਸ ਦੇ ਨਾਲ ਨਾਮ ਜਪਣਾ, ਇਹ ਅੱਠਵੀਂ ਜਮਾਤ ਦਾ ਮਿਡਲ ਦਾ ਨਾਮ ਸਮਝ ਲਓ। ਇਸ ਤੋਂ ਬਾਅਦ ਬਿਰਤੀ ਸੂਕਸ਼ਮ ਹੋ ਜਾਂਦੀ ਹੈ, ਜੇ ਨੀਂਦ ਆਵੇ, ਕਿਉਂਕਿ ਆਪਾਂ ਫਿਰ ਮੇਲ ਨਹੀਂ ਆਪਣਾ ਹੋਣਾ, ਫਿਰ ਤੁਸੀਂ ਮੇਰੇ ਮੈਨੂੰ ਟੋਲਦੇ, ਜਦੋਂ ਮੈਂ ਤੁਹਾਨੂੰ ਟੋਲਦਾ, ਫਿਰ ਹੁਣੇ ਯਾਦ ਰੱਖ ਲਿਓ ਇਹ ਸਾਰੀਆਂ ਗੱਲਾਂ। ਜੇ ਨੀਂਦ ਆਉਂਦੀ ਹੈ ਨਾਮ ਜਪਦਿਆਂ, ਫਿਰ ਇਸ ਤਰ੍ਹਾਂ ਕਰਨਾ ਹੈ, ਸਵਾਸ ਖਿੱਚ ਲਓ ਅੰਦਰ ਨੂੰ, ਉਹਦੇ ਬਾਅਦ ਰੋਕ ਲਓ, ਡਬਲ ਟਾਈਮ ਰੋਕਣਾ ਜਿੰਨਾ ਟਾਈਮ ਖਿੱਚਣ ਨੂੰ ਲੱਗਦਾ, ਉਹਦੇ ਬਾਅਦ ਫਿਰ ਛੱਡ ਦਿਓ। ਹੁਣ ਮੈਂ ਤਿੰਨ ਵਾਰੀ ਵਾਹਿਗੁਰੂ 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 ਕਹੂੰਗਾ, ਉਹਨਾਂ ਚਿਰ ਸਵਾਸ ਖਿੱਚਣਾ। ਛੇ ਵਾਰੀ ਮੈਂ ਵਾਹਿਗੁਰੂ 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 ਬੋਲੂੰਗਾ, ਉਹਨਾਂ ਚਿਰ ਸਵਾਸ ਰੋਕ ਕੇ ਰੱਖਣਾ। ਉਸ ਤੋਂ ਬਾਅਦ ਮੈਂ ਤਿੰਨ ਵਾਰੀ ਜਦ ਕਹੂੰਗਾ ਛੇ ਦੇ ਬਾਅਦ, ਫਿਰ ਸਵਾਸ ਛੱਡ ਦੇਣਾ। ਸੋ ਹੁਣ ਅੰਦਰ ਨੂੰ ਸਵਾਸ ਖਿੱਚਣਾ, ਵਾਹਿਗੁਰੂ 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 ਵਾਹਿਗੁਰੂ, ਇਹਦੇ ਨਾਲ ਸਵਾਸ ਥੱਲੇ ਆ ਜਾਣਾ। ਹੁਣ ਖਿੱਚੋ, ਤਿੰਨ ਵਾਰੀ ਅੰਦਰ ਨੂੰ ਜਦ ਸਾਹ ਜਾਂਦਾ ਕਹੋ, ਛੇ ਵਾਰੀ ਰੋਕ ਕੇ ਕਹੋ, ਤਿੰਨ ਵਾਰੀ ਛੱਡ ਕੇ ਕਹੋ, ਕਰੋ ਪ੍ਰੈਕਟਿਸ। ਜਦ ਜਪਣਾ ਹੈ, ਜੇ ਨੀਂਦ ਆਉਣ ਲੱਗ ਜਾਵੇ, ਵੀ ਨੀਂਦ ਆਉਂਦੀ ਹੈ, ਝੂਠੇ ਆਉਣ ਲੱਗ ਜਾਂਦੇ ਹੁੰਦੇ ਨੇ ਨੀਂਦ, ਇਹਦੇ ਨਾਲ ਨੀਂਦ ਬਿਲਕੁਲ ਨਹੀਂ ਆਊ। ਇਹਦੇ ਨਾਲ ਇਸ ਤਰ੍ਹਾਂ ਕਰਨਾ ਹੈ, ਜੇ ਸਵਾਸ ਬਚਦਾ, ਬਾਕੀ ਬੱਚਿਆਂ ਦਾ ਸਵਾਸ ਜ਼ਿਆਦਾ ਰੁਕਦਾ ਹੈ, ਕਰਦਾ ਸਿਆਣਿਆਂ ਦਾ ਘੱਟ ਰੁਕਦਾ, ਉਹ ਚਾਰ ਵਾਰੀ ਅੰਦਰ ਨੂੰ ਜਾਂਦੇ ਨੂੰ ਕਹਿਣ, ਅੱਠ ਵਾਰੀ ਰੋਕਣ, ਚਾਰ ਵਾਰੀ ਛੱਡ ਦੇਵੇ ਕਹਿਣ, ਇਸ ਤੋਂ ਵੀ ਜ਼ਿਆਦਾ ਫਿਰ ਪੰਜ ਵਾਰੀ, ਦਸ ਵਾਰੀ, ਫਿਰ ਪੰਜ ਵਾਰੀ, ਫਿਰ ਛੇ ਵਾਰੀ ਅੰਦਰ ਨੂੰ ਜਾਂਦੇ, ਬਾਰਾਂ ਵਾਰੀ ਅੰਦਰ ਰੋਕ ਕੇ, ਛੇ ਵਾਰੀ ਬਾਹਰ। ਇਸ ਤਰ੍ਹਾਂ ਹੌਲੀ ਹੌਲੀ ਸਾਲ ਦੇ ਅੰਦਰ ਅੰਦਰ ਦਸ ਵਾਰੀ ਲੈ ਜਾਣਾ, ਦਸ ਵਾਰੀ ਵਾਹਿਗੁਰੂ ਸਾਹਿਬ ਖਿੱਚਦੇ ਖਿੱਚਦੇ, ਵੀਹ ਵਾਰੀ ਰੋਕ ਕੇ ਤੇ ਦਸ ਵਾਰੀ ਛੱਡ ਕੇ। ਸੋ ਇਹ ਸਵਾਸ ਦਾ ਨਾਮ ਜਿਹੜਾ ਉਹ ਹੁੰਦਾ ਜਿਹਨਾਂ ਦਾ ਮਨ ਨਹੀਂ ਟਿਕਦਾ, ਉਹ ਫਿਰ ਕਹਿੰਦੇ ਨੇ ਜੀ ਮੇਰਾ ਮਨ ਨਹੀਂ ਟਿਕਦਾ। ਇਹਦੇ ਨਾਲ ਮਨ ਕਿਤੇ ਨਹੀਂ ਜਾਂਦਾ, ਕਿਉਂਕਿ ਮਨ ਜਿਹੜਾ ਇਹ ਪੌਣ ਦਾ ਸਵਾਰ ਹੁੰਦਾ, ਪੌਣ ਰੋਕ ਦੋ ਮਨ ਰੁਕ ਜਾਂਦਾ। ਜਿਹੜੇ ਘੋੜੇ ਤੇ ਚੜ੍ਹੇ ਹੋਏ ਉਹਦੀਆਂ ਬਾਤਾਂ ਫੜ ਕੇ ਰੋਕ ਦੋ, ਮਨ ਕਿੱਥੇ ਲੜ ਜਾਏਗਾ, ਕਿਤੇ ਨਹੀਂ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਇਸ ਤੋਂ ਅੱਗੇ ਜਿਹੜਾ ਹੈ ਉਹ ਮੈਟ੍ਰਿਕ ਦਾ ਨਾਮ ਮੈਂ ਤੁਹਾਨੂੰ ਦੱਸਦਾ, ਉਹ ਹੁੰਦਾ ਹੈ ਅੱਧਾ ਸਾਹ ਅੰਦਰ ਨੂੰ ਲੈ ਜਾਈਦਾ। ਜਦੋਂ ਸਾਹ ਅੰਦਰ ਨੂੰ ਖਿੱਚਣਾ ਤਾਂ ਫਿਰ ਉਹਦੇ ਨਾਲ ਕਹਿਣਾ ਵਾਹੇ, ਜਾਂ ਛੱਡਣਾ ਗੁਰੂ ਵਾਹੇ ਖਿੱਚ ਕੇ ਕਹੋ। ਮੈਂ ਬੋਲਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ, ਇਹਦੇ ਨਾਲ ਧੁਨੀ ਬਣ ਜਾਂਦੀ ਹੁੰਦੀ ਹੈ, ਜਿਹਨੂੰ ਧੁਨ ਚ ਧਿਆਨ ਕਹਿੰਦੇ ਨੇ। ਇੱਥੇ ਸੁਰਤ ਇੱਥੇ ਰੱਖਣੀ ਹੈ ਫਿਰ ਟਿਕਾ ਕੇ, ਜਦੋਂ ਇਹ ਨਾਮ ਜਪਣਾ। ਜਿਹੜਾ ਗੱਗਾ ਹੈ ਉਹ ਉੱਤੋਂ ਥੱਲੇ ਨੂੰ ਲਿਆਉਣਾ, ਜਿਹੜੀ ਹਾਹਾ ਹੈ ਉਹ ਨਾਭੀ ਤੱਕ ਲੈ ਜਾਣਾ। ਸੋ ਇਹਦੇ ਨਾਲ ਸੁਰਤ ਇੱਥੇ ਟਿਕਾ ਕੇ ਰੱਖਣੀ ਹੈ, ਇਹਨੂੰ ਆਗਿਆ ਚੱਕਰ ਕਹਿੰਦੇ ਆ।
ਇੱਥੇ ਇਹ ਸ਼ਬਦ ਦਾ ਧਿਆਨ ਸੁਣਨਾ, ਜੇ ਨਾ ਸੁਣੇ ਇੱਥੇ ਦੋ ਚੀਜ਼ਾਂ ਆਇਆ ਕਰਦੀਆਂ, ਇੱਕ ਸੁਰਤ ਹੁੰਦੀ ਆ ਉਹ ਨਾਮ ਨਾਲ ਲੱਗੀ ਰਹਿੰਦੀ ਆ, ਜਿਹੜੀ ਨਿਰਤ ਹੁੰਦੀ ਆ ਉਹ ਕੁਛ ਦੇਖਣਾ ਚਾਹੁੰਦੀ ਆ ਉਹਨੂੰ ਪ੍ਰਕਾਸ਼ ਦਿਸਣ ਲੱਗ ਜਾਂਦੇ ਨੇ, ਬਹੁਤ ਕਿਸਮ ਦੇ ਪ੍ਰਕਾਸ਼ ਦਿੰਦੇ ਨੇ। ਉਹ ਜੇ ਅਸੀਂ ਪ੍ਰਕਾਸ਼ਾਂ ਨੂੰ ਦੇਖਣ ਲੱਗ ਜਾਈਏ ਫਿਰ ਸਾਡੀ ਸੁਰਤ ਖਿੰਡ ਜਾਂਦੀ ਹੈ। ਤਾਂ ਅਸੀਂ ਇੱਥੇ ਗੁਰੂ ਨਾਨਕ ਸਾਹਿਬ ਦਾ ਧਿਆਨ ਟਿਕਾ ਲੈਣਾ, ਉਹਦੇ ਨਾਲ ਸੁਰਤ ਨੂੰ ਬੰਨ ਕੇ ਕਢਾ ਦੇਣਾ। ਸੋ ਇਸ ਤਰ੍ਹਾਂ ਨਾਮ ਜਪੀ ਜਾਣਾ ਵਾਹੇ ਗੁਰੂ, ਇੱਥੇ ਗੁਰੂ ਨਾਨਕ ਦਾ ਧਿਆਨ ਰੱਖਣਾ, ਉਹਨਾਂ ਦੇ ਚਰਨਾਂ ਦਾ ਹੌਲੀ ਹੌਲੀ ਬਣਦਾ ਹੁੰਦਾ ਧਿਆਨ, ਮਿਹਨਤ ਕਰ ਕਰਕੇ ਸਾਲ ਦੋ ਸਾਲ ਲੱਗ ਜਾਂਦੇ ਨੇ ਧਿਆਨ ਬਣਦੇ ਨੇ। ਇਹ ਫਿਰ ਅਵਸਥਾ ਆਉਂਦੀ ਹੈ ਜਦੋਂ ਗੁਰੂ ਨਾਨਕ ਪ੍ਰਕਾਸ਼ ਬਣ ਜਾਂਦਾ ਹੁੰਦਾ। ਪ੍ਰਕਾਸ਼ ਬਣ ਕੇ ਤੁਹਾਨੂੰ ਆਪਣਾ ਹੀ ਸਰੀਰ ਐਂ ਲੱਗਣ ਲੱਗ ਜੂ, ਗੁਰੂ ਨਾਨਕ ਸਾਹਿਬ ਦਾ ਸਰੀਰ ਹੋ ਗਿਆ, ਉਹਦੇ ਬਾਅਦ ਜੋਤੀ ਦਾ ਧਿਆਨ ਆ ਜਾਂਦਾ ਹੁੰਦਾ। ਸੋ ਇੱਥੇ ਇੱਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਇਸ ਤੋਂ ਬਾਅਦ ਅਨਹਦ ਸ਼ਬਦ ਬੋਲਿਆ ਕਰਦਾ ਇਹ ਕੰਨ ਦੇ ਕੋਲ, ਬਹੁਤੇ ਤਾਂ ਕੰਨ ਬੰਦ ਕਰਕੇ ਬੋਲਦੇ ਨੇ, ਰਾਧਾ ਸਵਾਮੀਆਂ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਕੰਨ ਬੰਦ ਕਰ ਲੈਂਦੇ, ਇਹਦੇ ਚ ਆਵਾਜ਼ ਸੁਣਦੀ ਹੈ। ਲੇਕਿਨ ਆਪਣੇ ਗੁਰਮਤ ਦਾ ਤਰੀਕਾ ਇਹ ਹੈ ਕਿ ਮਨ ਦੀ ਇਕਾਗਰਤਾ ਦੇ ਨਾਲ ਜਿਹੜੀ ਆਵਾਜ਼ ਬੋਲੇ ਉਹ ਆਵਾਜ਼ ਫਿਰ ਜਾਇਆ ਨਹੀਂ ਕਰਦੀ। ਹੁਣ ਹਰ ਵਕਤ ਕੰਨ ਕੌਣ ਬੰਦ ਕਰੇ, ਹਰ ਵਕਤ ਬੈਠੋ ਕੰਨ ਬੰਦ ਕਰੋ, ਕੰਨਾਂ ਦੇ ਵਿੱਚ ਕੋਈ ਡਿਫੈਕਟ ਪੈ ਜੇ। ਸੋ ਇਹ ਬਿਰਤੀ ਇਕਾਗਰ ਹੋ ਕੇ ਆਪਣੇ ਆਪ ਇਹ ਆਵਾਜ਼ ਸਾਊਂਡ ਆ ਜਾਏਗੀ ਕਿ ਲੰਮੀ ਟਿਊਨ, ਉਹ ਟਿਊਨ ਐ ਹੋਏਗੀ ਜਿਵੇਂ ਘੰਟਾ ਵੱਜਦਾ ਹੁੰਦਾ ਪਹਿਲਾਂ ਪਹਿਲਾਂ, ਉਸ ਤੋਂ ਬਾਅਦ ਜਿਵੇਂ ਰਬਾਬ ਹੁੰਦੀ ਹੈ ਸਿਤਾਰ ਹੁੰਦੀ ਹੈ ਇਹਦੀ ਆਵਾਜ਼ ਦੀ ਜਿਹੜੀ ਪਿਛਲੀ ਹੁੰਦੀ ਹੈ ਉਸ ਤਰ੍ਹਾਂ ਦੀ ਟਿਊਨ ਬਣ ਜਾਂਦੀ ਹੈ, ਫਿਰ ਹੌਲੀ ਹੌਲੀ ਬੰਸਰੀ ਬਣ ਜਾਂਦੀ ਹੈ। ਇਸ ਤਰ੍ਹਾਂ ਤਰੱਕੀ ਕਰਦੇ, ਪੰਜ ਸ਼ਬਦ ਹੁੰਦੇ ਨੇ ਇਹਦੇ ਨਾਲ ਗੁਰਮੰਤਰ ਜੋੜ ਦੇਣਾ। ਇਸ ਤੋਂ ਬਾਅਦ ਜਦੋਂ ਇੱਥੇ ਬਿਰਤੀ ਪਹੁੰਚ ਗਈ ਫਿਰ ਸੁਰਤੀ ਉੱਪਰ ਨੂੰ ਚੜ੍ਹਨ ਲੱਗ ਜਾਂਦੀ ਹੈ, ਇਸ ਥਾਂ ਤੇ ਤ੍ਰਿਪਤੀ ਹੁੰਦੀ ਹੈ, ਇੱਥੇ ਦਸਵਾਂ ਦੁਆਰ ਹੁੰਦਾ। ਤੇ ਇੱਥੇ ਧਿਆਨ ਇਹ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੂੰ ਇਸ ਥਾਂ ਦੇ ਉੱਤੇ ਬਿਠਾ ਲਈਦਾ, ਕਮਲ ਦੇ ਫੁੱਲ ਉਹਨਾਂ ਦਾ ਧਿਆਨ ਕਰੀਦਾ। ਇਸ ਤਰ੍ਹਾਂ ਦਸਵੇਂ ਦੁਆਰ ਚ ਬਿਰਤੀ ਪਹੁੰਚਦੀ ਹੈ, ਜੋਗੀਆਂ ਦੇ ਸਵਾਸ ਪਹੁੰਚਦੇ ਨੇ, ਅਸੀਂ ਹੱਠ ਯੋਗ ਨਹੀਂ ਕਰਦੇ, ਅਸੀਂ ਸ਼ਬਦ ਸੁਰਤ ਮਾਰਗ ਜਪਦੇ ਹਾਂ। ਸੋ ਇਹਦੇ ਨਾਲ ਸੁਰਤੀ ਤੁਹਾਡੀ ਉੱਥੇ ਪਹੁੰਚ ਜਾਏਗੀ, ਅਜੀਬ ਆਨੰਦ ਆਉਣਗੇ। ਇੱਥੇ ਨਾਮ ਚੱਲਦਾ ਹੈ ਵਨ ਫੋਲਡ, ਇੱਥੇ ਇੱਕ ਚੀਜ਼ ਹੋਰ ਜਾਗਦੀ ਹੈ ਜਿਹਨੂੰ ਗਿਆਨ ਕਹਿੰਦੇ ਨੇ। ਗਿਆਨ ਜੇ ਕੋਈ ਪਹਿਲਾਂ ਦਿੰਦਾ ਉਹ ਵੱਧ ਗਿਆਨ ਹੁੰਦਾ ਹੈ, ਉਹ ਗਿਆਨ ਕੋਈ ਕੰਮ ਨਹੀਂ ਕਰਿਆ ਕਰਦਾ, ਇੱਕ ਗੱਲ ਸਮਝ ਆ ਜਾਂਦੀ ਹੈ ਵੀ ਆਹ ਵਾਹਿਗੁਰੂ ਹੈ ਸਾਰੇ। ਇਹ ਸਮਝ ਆਉਣ ਨਾਲ ਕੋਈ ਫਰਕ ਨਹੀਂ ਪੈਂਦਾ, ਜੇ ਸਾਨੂੰ ਪਤਾ ਲੱਗ ਜਾਏ ਵੀ ਧਰਤੀ 'ਚ ਪਾਣੀ ਹੈ, ਅਸੀਂ ਇੱਥੇ ਪਿਆਸੇ ਖੜੇ ਹਾਂ ਕੋਈ ਮਤਲਬ ਨਹੀਂ ਸਾਰ ਦਾ, ਕਹੀ ਜਾਓ ਵੀ ਧਰਤੀ 'ਚ ਪਾਣੀ ਹੈ। ਪਾਣੀ ਦਾ ਫਾਇਦਾ ਤਾਂ ਹੈ ਜੇ ਬੋਰ ਕਰਕੇ ਸਾਡੇ ਹੱਥ 'ਚ ਆ ਜਾਏ। ਇੱਥੇ ਗਿਆਨ ਦੀ ਬਿਰਤੀ, ਇਹਨੂੰ ਵਿਵੇਕ ਬਿਰਤੀ ਕਹਿੰਦੇ ਨੇ, ਉਹ ਜਾਗਿਆ ਕਰਦੀ ਹੈ। ਇਹ ਫਿਰ ਗੁਰੂ ਗ੍ਰੰਥ ਸਾਹਿਬ ਆਪੇ ਹੀ ਗਿਆਨ ਦਿੰਦੇ ਨੇ, ਕੋਈ ਮਹਾਂਪੁਰਸ਼ ਤੁਹਾਡੇ ਕੋਲ ਆ ਜਾਏਗਾ ਤੁਹਾਡੀ ਬਿਰਤੀ ਦੇ ਮੁਤਾਬਕ ਉਹ ਆਪੇ ਹੀ ਬੋਲਣਾ ਸ਼ੁਰੂ ਕਰ ਦੇਗਾ। ਆਟੋਮੈਟਿਕ ਵਾਹਿਗੁਰੂ ਦਾ ਪ੍ਰਬੰਧ ਹੈ ਗੁਰੂ ਘਰ ਦੇ ਅੰਦਰ। ਤੁਸੀਂ ਐਸੇ ਸਤਸੰਗ ਚਲੇ ਜਾਓਗੇ ਜਿੱਥੇ ਤੁਹਾਨੂੰ ਗਿਆਨ ਦੀਆਂ ਬਾਤਾਂ ਸਮਝ ਆ ਜਾਣਗੀਆਂ, ਫਿਰ ਕਿਸੇ ਮਹਾਂਪੁਰਸ਼ ਦੇ ਨਾਲ ਤੁਹਾਡਾ ਸੰਗ ਹੋਜੂ, ਤੁਸੀਂ ਸ਼ੰਕਰ ਆਪਣਾ ਬਿਰਤੀ ਕਰੋਗੇ, ਉਹਨਾਂ ਨੇ ਫਟਾਫਟ ਦੱਸ ਦੇਣਾ ਵੀ ਆਹ ਚੀਜ਼ ਹੈ। ਉਹ ਗੁਰੂ ਗ੍ਰੰਥ ਸਾਹਿਬ ਉਹਦੇ 'ਤੇ ਮੋਹਰ ਲਾ ਦਿੰਦੇ ਨੇ ਵੀ ਭਾਈ ਸਾਰੇ ਵਾਹਿਗੁਰੂ ਹੈ, ਕੋਈ ਵਾਹਿਗੁਰੂ ਤੋਂ ਬਗੈਰ ਹੈ ਨਹੀਂ। ਫਿਰ ਉਹਨੂੰ ਪ੍ਰਪੱਕ ਕਰੀਦਾ ਸਮਾਧੀ 'ਚ, ਫਿਰ ਸਮਾਧੀ ਲੱਗਦੀ ਹੈ, ਪਹਿਲਾਂ 2.5 ਮਿੰਟ ਦੀ ਲੱਗਿਆ ਕਰਦੀ ਹੈ। ਜਿਹੜਾ 2.5 ਮਿੰਟ ਦੀ ਸਮਾਧੀ ਲਾ ਲਏ ਸਮਝ ਲਓ ਸਮਾਧੀ ਦੇ ਰਾਹ ਪੈ ਗਿਆ, ਉਹਨੂੰ ਇੱਕ ਧਾਰਨਾ ਕਿਹਾ ਜਾਂਦਾ। ਇਸ ਤਰ੍ਹਾਂ 2.5 ਘੰਟੇ ਦੀ ਸਮਾਧੀ ਲੱਗ ਜਾਵੇ ਉਹਨੂੰ ਸੰਪ੍ਰਗਿਆਤ ਸਮਾਧ ਕਹਿੰਦੇ ਨੇ, ਜਾਣਨ ਵਾਲੀ ਸਮਾਧੀ। ਇਸ ਤੋਂ ਬਾਅਦ ਜਿਹੜੀ ਲੱਗਦੀ ਹੈ ਉਹ ਇਸ ਤਰ੍ਹਾਂ ਹੌਲੀ ਹੌਲੀ ਭਾਈ ਚਲਦੇ ਚਲਦੇ ਤੁਹਾਡਾ ਆਪਣਾ ਇੱਥੇ ਵਾਹਿਗੁਰੂ ਹੈ ਜਿਹੜਾ, ਅੰਦਰ ਵੀ ਵਾਹਿਗੁਰੂ ਬਾਹਰ ਵੀ ਵਾਹਿਗੁਰੂ, ਬਾਹਰ ਭੀਤਰ ਇੱਕੋ ਜਨ ਹੈ, ਇਹ ਗੁਰਗਿਆਨ ਪ੍ਰਕਾਸ਼। ਆਖਰੀ ਅਵਸਥਾ ਗਿਆਨ ਦੀ ਹੁੰਦੀ ਹੈ, ਇਹਦੇ ਅੱਗੇ ਹੁੰਦਾ ਵਿਗਿਆਨ। ਵਿਗਿਆਨ ਉਹ ਅਵਸਥਾ ਹੁੰਦੀ ਹੈ ਜਿਹੜਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ, ਆਪਣਾ ਆਪ ਮੁੱਕ ਜਾਵੇ। ਸੋ ਇਹ ਰਸਤਾ ਜਿਹੜਾ ਹੈ ਆਪਣਾ ਇਹ ਹੈ, ਇਹਦੇ 'ਚ ਭਰਮ ਭੁਲੇਖਾ ਨਹੀਂ ਖਾਣਾ, ਮਿਹਨਤ ਤੁਸੀਂ ਕਰਨੀ ਹੈ। ਰਸਤਾ ਗੁਰੂ ਗ੍ਰੰਥ ਸਾਹਿਬ 'ਚ ਸਾਰਾ ਲਿਖਿਆ ਹੋਇਆ, ਜੋ ਕੁਛ ਮੈਂ ਬੋਲਿਆ ਮਹਾਰਾਜ ਦੇ ਜੋ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਉਹਦੇ ਮੁਤਾਬਕ, ਜਾਂ ਮਹਾਂਪੁਰਸ਼ਾਂ ਨੇ ਜਿਹੜੀਆਂ ਕਰਨੀਆਂ ਕਮਾਈਆਂ ਕੀਤੀਆਂ ਉਹਨਾਂ ਦੇ ਮੁਤਾਬਕ। ਸੋ ਇਸ ਕਰਕੇ ਭੁਲੇਖਾ ਨਹੀਂ ਖਾਣਾ ਬਿਲਕੁਲ। ਬਾਕੀ ਦੂਸਰੀ ਗੱਲ ਇਹ ਰਹੀ ਜਿਸਦਾ ਮੈਂ ਆਪ ਨੂੰ ਧੰਨਵਾਦ ਕਰਦਾ, ਵਧਾਈਆਂ ਦਿੰਦਾ, ਉਹ ਇਹ ਹੈ ਕਿ ਸਾਹ ਸਿੰਘ ਜੀ ਇਹ ਚੌਥਾ ਕੌਤਕ ਵਰਤਿਆ ਬਾਜ ਦਾ। ਪਹਿਲੀ ਵਾਰੀ ਮਨਾਨੇ ਪਿੰਡ ਅੰਮ੍ਰਿਤ ਦਾ ਇਸ ਤਰ੍ਹਾਂ ਹੀ ਛਕਾ ਰਹੇ ਸੀ, ਜਿਸ ਵਕਤ ਗੁਰਮੰਤਰ ਦੇਣ ਲੱਗੇ ਬਾਜ ਆ ਕੇ ਬੈਠ ਗਿਆ ਇੱਕਦਮ। ਇਹ ਸੰਤੋਖ ਸੋਹਣਾ ਨੇ ਕਿਹਾ ਵੀ ਨਵੇਂ ਹੇਠਾਂ ਆ ਕੇ ਦੋ, ਇਹ ਸ਼ਾਮਿਆਨੇ ਦੇ ਉੱਥੇ ਆਏ ਗੇੜੇ ਦੇਣ ਲੱਗ ਗਿਆ, ਸਾਹਮਣੇ ਬਹਿ ਗਿਆ, ਸਾਰੀ ਸੰਗਤ ਨੂੰ ਨਜ਼ਰ ਆਉਂਦਾ ਸੀ। ਉਸ ਤੋਂ ਬਾਅਦ ਤਿਉੜ ਚਲੇ ਗਏ, ਉੱਥੇ ਵੀ ਇਸ ਤਰ੍ਹਾਂ ਹੀ ਹੋਇਆ।
ਜਦ ਅੰਮ੍ਰਿਤ ਛਕਾਉਣ ਲੱਗੇ ਉਸੇ ਵੇਲੇ ਬਾਜ ਆ ਗਏ। ਫਿਰ ਉਹਨੂੰ ਬੇਨਤੀ ਕੀਤੀ ਵੀ ਹੇਠਾਂ ਆ ਕੇ ਦਰਸ਼ਨ ਦਿਓ। ਉਹ ਫਿਰ ਹੇਠਾਂ ਆ ਗਿਆ, ਕਲਾਬਾਜ਼ੀਆਂ ਖਾਣ ਲੱਗਿਆ ਸਿੰਘਾਂ ਦੇ ਉੱਤੇ ਖੁਸ਼ੀ ਜਾ ਕੇ। ਤੀਸਰੀ ਵਾਰੀ ਅਸੀਂ ਖਿਜਰਾਬਾਦ ਅੰਮ੍ਰਿਤ ਛਕਾ ਰਹੇ ਸੀ, ਉੱਥੇ ਦੋ ਆ ਗਏ। ਉਹ ਵੀ ਇਸੇ ਤਰ੍ਹਾਂ ਬੜੇ ਪ੍ਰਸੰਨ ਹੋ ਕੇ ਸਿੰਘਾਂ ਨੂੰ ਨੀਵੇਂ ਹੋ ਕੇ ਦਰਸ਼ਨ ਦਿੰਦੇ ਰਹੇ, ਔਰ ਐਂ ਘੁੰਮਦੇ ਰਹੇ ਸ਼ਾਮਿਆਨੇ ਦੇ ਉੱਤੇ। ਹੁਣ ਵਾਹਿਗੁਰੂ ਨੇ ਐਸੀ ਮਿਹਰ ਕੀਤੀ ਹੈ ਗੁਰੂ ਮਹਾਰਾਜ ਨੇ ਕਿ ਮੇਰੇ ਸਿੰਘਾਂ ਨੂੰ ਇਹ ਪਤਾ ਲੱਗ ਜਾਵੇ ਬਈ ਮੈਂ ਤੁਹਾਡੇ ਤੋਂ ਦੂਰ ਨਹੀਂ ਗਿਆ ਹੋਇਆ। ਇਹ ਮੈਸੇਜ ਪਹੁੰਚਾਉਣ ਦੇ ਤਰੀਕੇ ਹੁੰਦੇ ਨੇ, ਕੋਈ ਕਬੂਤਰਾਂ ਦੇ ਰਾਹੀਂ ਪਹੁੰਚਾਉਂਦਾ ਹੈ, ਕੋਈ ਕੁੱਤਿਆਂ ਦੇ ਰਾਹੀਂ ਪਹੁੰਚਾਉਂਦਾ ਹੈ। ਇਹ ਜਿਹੜਾ ਗੁਰੂ ਕਰਦਾ ਹੈ, ਸਾਡਾ ਇਤਿਹਾਸ ਉਹ ਇਹ ਹੈ ਕਿ ਇਹ ਸੂਰਮਿਆਂ ਦਾ ਪੰਥ ਹੈ। ਇਹਨੂੰ ਰਾਜੇ ਜੋ ਜਾਨ ਪੰਛੀਆਂ ਦਾ ਰਾਜਾ ਹੈ ਬਾਜ, ਉਹਦੇ ਰਾਹੀਂ ਸੁਨੇਹਾ ਆਉਂਦਾ। ਜਦੋਂ ਸਿੰਘਾਂ ਤੇ ਭੀੜ ਬਣੀ ਹੈ 1922 ਦੇ ਅੰਦਰ, ਤੇ ਗੁਰੂ ਦੇ ਬਾਗ ਚ ਡਾਂਗਾ ਮਾਰ ਮਾਰ ਕੇ ਵਿਛਾ ਦਿੰਦੇ ਸੀ। ਉਹ ਜਿੰਨਾ ਚਿਰ ਡਾਂਗਾ ਮਾਰਦੇ ਸੀ ਬਾਜ ਐ ਘੁੰਮਦਾ ਰਹਿੰਦਾ ਸੀ, ਨਾਲ ਹੌਸਲਾ ਦਿੰਦਾ ਸੀ, ਤਗੜੇ ਰਹੋ ਸਿੰਘ, ਸਾਰੇ ਸ਼ਹੀਦ ਸਿੰਘ ਤੁਹਾਡੇ ਸਿਰ ਦੇ ਉੱਤੇ ਨੇ, ਗੁਰੂ ਦਾ ਹੱਥ ਤੁਹਾਡੇ ਸੀਸ ਤੇ ਹੈ, ਪ੍ਰਤਿਆ ਕੇ ਦੇਖਿਆ ਵੀ ਤੁਸੀਂ ਆ ਕੇ ਦੇਖ ਛੱਕ ਲਓ। ਬਾਜ ਦੇਖਦਾ ਨਹੀਂ ਛੱਕਦਾ ਹੁੰਦਾ, ਉਹਦਾ ਖੁਰਾਕ ਮਾਸ ਹੋਇਆ ਕਰਦੀ ਹੈ, ਸੋ ਦੇਖ ਛੱਕ ਲਈ। ਇੱਥੇ ਵੀ ਤੁਹਾਡੇ ਬਾਜ ਆਇਆ, ਉਹ ਬਾਜ 4 ਦਿਨ ਇੱਥੇ ਰਿਹਾ, ਸਾਰੇ ਸਿੱਖ ਸੰਸਾਰ ਦੇ ਅੰਦਰ ਧੁੰਮ ਪੈ ਗਈ, ਅਖਬਾਰਾਂ ਚ ਆ ਗਿਆ, ਹਰ ਕੋਈ ਦੌੜਿਆ ਫਿਰਦਾ। ਜਿਨ੍ਹਾਂ ਨੇ ਦਰ ਦਰਸ਼ਨ ਕੀਤੇ ਹੈ ਉਹ ਆਪਣੇ ਆਪ ਨੂੰ ਧੰਨਵਾਦੀ ਕਹਿੰਦੇ ਨੇ, ਜਿਹੜੇ ਕਰ ਨਹੀਂ ਸਕੇ ਉਹ ਪਛਤਾ ਰਹੇ। ਸੋ ਇਹ ਗੁਰੂ ਮਹਾਰਾਜ ਦਾ ਮੈਸੇਜ ਲੈ ਕੇ ਤੁਹਾਡੇ ਕੋਲ ਆਇਆ ਸੀ ਬਈ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਅਪਰੂਵ ਕਰ ਰਹੇ ਹਾਂ, ਠੀਕ ਹੈ ਤੁਸੀਂ ਲੱਗੇ ਰਹੋ, ਕਿਉਂਕਿ ਇਹ ਜਿਹੜਾ ਆਪਣਾ ਮਿਸ਼ਨ ਹੈ ਇਹ ਬਿਲਕੁਲ ਨਿਸ਼ਕਾਮ ਚੱਲ ਰਿਹਾ। ਪੈਸੇ ਦੀ ਕਿਸੇ ਨੂੰ ਝਾਕ ਹੀ ਨਹੀਂ, ਕਿਸੇ ਪਦਵੀ ਦੀ, ਕਿਸੇ ਅਹੁਦੇ ਦੀ ਕਿਸੇ ਨੂੰ ਕੋਈ ਝਾਕ ਨਹੀਂ, ਕਿਸੇ ਪੂਜਾ ਦੀ ਪਰਸਨਲ ਗਲਤ ਪਰਸਨੈਲਿਟੀ ਗਲਤ ਕੋਈ ਨਹੀਂ ਹੈ। ਸਾਰੇ ਆਪਾਂ ਗੁਰੂ ਦੇ ਸਿੱਖ ਬਣ ਕੇ ਚੱਲ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਇਮਾਨਦਾਰੀ ਨਾਲ ਲੱਗ ਲੱਗ ਰਹੇ ਹਾਂ। ਸੋ ਇਹ ਗੁਰੂ ਮਹਾਰਾਜ ਜੀ ਨੇ ਬੜਾ ਭਾਰੀ ਕੌਤਕ ਰਚ ਕੇ ਸਾਨੂੰ ਉਹ ਸਿਖਾ ਦਿੱਤਾ। ਫਿਰ ਉਹਨੂੰ ਖੁੱਲਾ ਛੱਡ ਦਿੱਤਾ ਗਿਆ ਵੀ ਜੇ ਐਸੇ ਹੀ ਹੈ, ਕਈਆਂ ਦੇ ਮਨਾਂ ਚ ਭਰਮ ਸੀ ਵੀ ਇਹ ਥੱਕ ਕੇ ਹਾਰ ਕੇ ਬਹਿ ਗਿਆ, ਹੁਣ ਥੱਕ ਕੇ ਹਾਰ ਕੇ ਸਾਡੇ ਦੀਵਾਨ ਚ ਉੱਥੇ ਹੀ ਬਹਿਣਾ ਸੀ, ਉੱਥੇ ਥੋੜਾ ਪਿਆ ਸ਼ਹਿਰ ਚ, ਜੇ ਬੰਦਿਆਂ ਚ ਬਹਿਣਾ ਸੀ, ਸਿਨਮੇ ਚ ਬਹੁਤ ਭੀੜ ਹੁੰਦੀ ਆ, ਹੋਰ ਹਰ ਥਾਂ ਦੇ ਉੱਤੇ ਬੰਦਿਆਂ ਦਾ ਇਕੱਠ ਹੈ, ਕਿਤੇ ਰੋਈ ਚ ਬਹਿ ਜਾਂਦਾ, ਬੰਦਿਆਂ ਚ ਬੈਠ ਕੇ ਤਾਂ ਉਸਨੂੰ ਖਤਰਾ ਸੀ, ਲੇਕਿਨ ਉਹ ਸਿੰਘਾਂ ਦੇ ਵਿੱਚ ਆ ਕੇ ਬੈਠਿਆ, ਸੰਤੋਖ ਸਿੰਘ ਉਹਨਾਂ ਨੇ ਚੁੱਕ ਲਿਆ। ਛੁੱਟਣ ਦੀ ਉਹਨੇ ਕੋਸ਼ਿਸ਼ ਨਹੀਂ ਕਰੀ, ਨੱਠਣ ਦੀ ਕੋਸ਼ਿਸ਼ ਨਹੀਂ ਕਰੀ। ਉਸ ਤੋਂ ਬਾਅਦ ਜੋ ਕੁਛ ਉਹਨੂੰ ਸੌਂਪ ਕੇ ਬੇਨਤੀ ਕੀਤੀ ਹੈ ਵੀ ਅਸੀਂ ਤਾਂ ਸਾਡੇ ਕੋਲ ਤਾਂ ਦਲੀਆ ਤੇ ਪ੍ਰਸ਼ਾਦ ਹੈ ਉਹ ਛਕ ਲਓ, ਉਹੀ ਛਕਦਾ ਰਿਹਾ, ਫਲ ਕਹਿ ਦਿੱਤਾ ਫਲ ਛਕ ਲਈ। ਤੇ ਆਖਰੀ ਦਿਨ ਉਹਨੂੰ ਬੇਨਤੀ ਕੀਤੀ ਵੀ ਜੇ ਤਾਂ ਮਹਾਰਾਜ ਤੁਸੀਂ ਰਹਿਣਾ ਤਾਂ ਤੁਸੀਂ ਪ੍ਰਸ਼ਾਦ ਛਕ ਲਓ, ਫਿਰ ਸਾਡਾ ਦਿੱਤਾ ਹੋਇਆ, ਜੇ ਤੁਸੀਂ ਜਾਣਾ ਤਾਂ ਭੋਗ ਲਾ ਦਿਓ, ਸਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਜਾਣਾ। ਤੇ ਇਹ ਪ੍ਰੇਮੀ ਦੱਸਦੇ ਨੇ ਵੀ ਜਦੋਂ ਇਹ ਗੱਲ ਕਹੀ ਵੀ ਤੁਸੀਂ ਪ੍ਰਸ਼ਾਦ ਛਕਣਾ, ਉਹਨੇ ਐ ਮਾਰਤਾ ਸਿਰ ਵੀ ਨਹੀਂ ਛਕਣਾ।